ਕਰਕੇ ਇੱਥੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਮਾਤਾ ਕੀ ਨਾਂ ਦਿੰਦਾ ਪੁਸ਼ਪਾ ਦੇਵੀ ਮਾਤਾ ਕੀ ਪਰੇਸ਼ਾਨੀ ਇੱਥੇ ਤੋਂ ਪਰੇਸ਼ਾਨੀ ਇਹ ਦੇਖੋ ਯਾਰ ਜੰਗਲਾਂ 'ਚ ਰਵਾ ਰਿਹਾ ਪਾਣੀਆਂ 'ਚ ਲੋਕ ਲੋਕਾਂ ਫਲੈਸ਼ਾਂ ਦੀਆਂ ਟੱਟੀਆਂ ਜੋ ਪਾਣੀਆਂ ਸਾਰੇ ਅੰਦਰਾਂ ਤੱਕ ਰਹਿ ਵਾਲਾ ਇਹ ਪਰੇਸ਼ਾਨੀ ਹੈ ਸਾਨੂੰ ਹੋਰ ਕੋਈ ਪਰੇਸ਼ਾਨੀ ਨਾ ਆਖੋ ਸਾਰੇ ਕੋਈ ਬੇੜੇ ਕੋਈ ਦਿਖੀਏ ਨਾ ਘਰ ਚਲੀਏ ਦੱਸ ਦਿਓ ਤੁਹਾਡਾ ਰਸਤਾ ਹੀ ਨਹੀਂ ਵੋਟ ਲੈਣ ਵਾਸਤੇ ਬੜੇ ਜਣੇ ਆਉਂਦੇ ਵੋਟੇ ਦੱਸ ਦੇ ਫਟਫੜ ਜਿਓ ਇਹਨਾਂ ਕੋਈ ਕੋਈ ਕੁੜੀ ਬੇੜਾ ਕੋਈ ਰਸਤਾ ਵਾ ਨਾ ਆ ਜਾ ਤੁਹਾਡਾ ਰਸਤਾ ਨਹੀਂ ਮੋਟਰਸਾਈਕਲ ਟੁੱਟੀਏ ਵੀ ਨਹੀਂ ਜਾਣ ਹੁੰਦਾ ਹੁਣ ਕੀ ਆਖਣਾ ਚਾਹੁੰਦੇ ਹੋ ਸਰਕਾਰ ਆਖਣੇ ਚਾਹੁੰਦੇ ਅਸਲ ਸਾਰਾ ਗਲੀ ਬਣਿਆ ਤੇ ਪਾਣੀ ਸਾਰਾ ਤਲਾਈ ਦਾ ਉਧਰ ਜਿੱਧਰ ਦੁਨੀਆ ਦਾ ਜਾਲ ਅਸਰ ਹੋਈ ਪਿੱਟੀ ਬੈਠੇ ਆ ਆਖਣੇ ਵੀ ਸਾਰਾ ਜਾਚਾ ਕੁੱਥੇ ਕਿਲੇ ਤੂੰ ਤਰਾਂ ਸਾਰੇ ਪੁੱਟੀਆਂ ਕੋਠੇ ਆ ਸਿੱਟੇ ਆਇਆ ਆਹ ਹੁਣ ਇੱਥੇ 40 ਨਾਲੀ ਬੜੀ ਪ੍ਰੋਬਲਮ ਆ ਠੀਕ ਆ ਪਾਣੀ ਜਾਂਦਾ ਹੈ ਕੁਦੇ ਤੇ ਇਹ ਰੋਜ਼ ਬੱਤਰੀ ਇਹਦੇ ਨਾਲ ਹੀ ਜਾਂਦੇ ਬੋਰਡ ਲੈਣ ਰੇਵਣ ਕੱਟਣ ਨੂੰ ਵੀ ਆ ਜਾਂਦੇ ਨੇ ਤੇ ਸਾਨੂੰ ਵੀ ਪਾਣੀ ਦਾ ਕੁਛ ਕਰੋ ਲਾਏ ਦਾ ਠੀਕ ਹੈ ਕਿੰਨੇ ਚਿਰ ਹੋਏ ਗਲੀ ਖਰਾਬ ਹੋਏ ਗਲੀ ਮੇਰੇ ਜਦੋਂ ਹੁਣ 18-19 ਸਾਲ ਹੋਏ ਵਿਆਹ ਤੇ ਇਹ ਲਈ ਗਲੀ ਦਿਖੀ ਆਹੇ ਤੇ ਕਿੰਨਾ ਚਿਰ ਹੋਈ ਹੈ ਕਿੰਨਾ ਚਿਰ ਮੈਂ ਕਿੰਨੀ ਤਰੀਕੇ ਦੇ ਇੱਧਰ ਲੜਾਈ ਰੋਂਦੀ ਲੱਗੀ ਸਾਡੀ ਆ ਤੇ ਪਾਣੀ ਬੰਦ ਕਰੋ ਨਾਲੀਆਂ ਬੰਦ ਕਰੋ ਕਿੱਥੇ ਖਰਚਿਆ ਕਿੱਥੇ ਪਾਣੀ ਕੁਦਰ ਰੱਖਣਾ ਇਹ ਸਰਕਾਰੀ ਪਤਾ ਹੋਣਾ ਚਾਹੀਦਾ ਬੋਰਡ ਲੈਣ ਆਈ ਜਾਂਦੇ ਤੁਸੀਂ ਤਰੀਕੇ ਦੇਣਾ ਰੇਵਣ ਕੱਟਣ ਦੇ ਬੜੀ ਬੜਾ ਬੜੇ ਦੁਖੀ ਆ ਸਰ ਗਲੀ ਦੀ ਰੱਖ ਰਖਾਵ ਕੀਤਾ ਕੋ ਹਣੇ ਕੁਸਾਂ ਨੇ ਕੀਤਾ ਵੀ ਸਾਹਿਬ ਆਖਦੇ ਬੋਰਡ ਦੇ ਬੋਰਡ ਤੁਹਾਡੀ ਗਲੀ ਅਗਲੇ ਸਾਲ ਪੱਕੀ ਬਣੀ ਆ ਸ਼ਹਿਰ ਬਣੀ ਆ ਬੋਰਡ ਕੋਈ ਛੜੇ ਬੋਰਡ ਗੱਲਾਂ ਲਾਉਂਦੇ ਨਹੀਂ ਹੋਰ ਕੋਈ ਨਹੀਂ ਆਉਂਦਾ ਵੀ ਹੁਣ ਕੀ ਆਖਣਾ ਚਾਹੁੰਦੇ ਹੋ ਸਰ ਆਖ ਪਰ ਨਾਲ ਹੀ ਸਾਡੀ ਗਲੀ ਬਣਾ ਤੇ ਨਾਲ ਹੀ ਬਣਾ ਪਾਣੀ ਕੱਢੋ ਕੋਸੇ ਪਾਸੇ ਕੋਸੇ ਹੁਣ ਬੋਰਡ ਧੋਣੇ ਆ ਜਦੋਂ ਬੋਰਡ ਨਹੀਂ ਦੇਣਾ ਕੋਸਾਈ ਕੋਈ ਨਹੀਂ ਸਰਬ ਲੈ ਦੇਣਾ ਕੋਈ ਬੋਰਡ ਆ ਬੜ ਦੁਖੀ ਹੈ ਗਲੀ ਵਾਲਾ ਗੀਤਾ ਆਏ ਪ੍ਰਦਰਸ਼ਨ ਕਰਾ ਤੇ ਕੀ ਗੱਲ ਮਤਲਬ ਗਲੀ ਦਾ ਅਸੀਂ ਇੰਨੀ ਪਰੇਸ਼ਾਨੀ ਆ ਕੋਈ ਹਿਸਾਬ ਨਹੀਂ ਅਸੀਂ ਨੰਗਣੇ ਦਾ ਮਤਲਬ ਕੋਈ ਅਸ ਬਿਮਾਰ ਹੋਈ ਇੱਥੇ ਸਾਡੇ ਕੰਧੇ ਦਾ ਪਰੇ ਬਜਾਰੇ ਫੜਕਾਈ ਜਾਂਦੇ ਨੇ ਦੇ ਦੂ ਦਵਾਈਆਂ ਭਲਾ ਨੰਗੀ ਇੱਧਰੇ ਪਾਣੀ ਆ ਕੋਈ ਹਿਸਾਬ ਨਹੀਂ ਅਸੀਂ 2-4 ਵਾਰ ਵਿਆਹ ਕੀਤੇ ਨੇ 5 ਅਸੀਂ ਬਰਾਤਾਂ ਕਦੇ ਉੱਧਰੇ ਨਹੀਂ ਖਾਚੇ ਕਦੇ ਉੱਧਰੇ ਕੋਈ ਹੈ ਮਤਲਬ ਇਹਨੇ ਬਜਾਰੇ ਗਲੀ ਦਵਾਈ ਸਾਨੂੰ ਬੀਨਾ ਨੇ ਜਾਂ ਬੀਨਾ ਬਣੀ ਸੀ ਤਾਂ ਉਸ ਟਾਈਮ ਗਲੀ ਦਵਾਈ ਸਾਨੂੰ ਉਸ ਟਾਈਮ ਨੇ ਬਜਾਰੇ ਕੀ ਕਰਨਾ ਫਿਰ ਇਹ ਮਤਲਬ ਜਿਹੜੀ ਦੂਈ ਬਾਕੀ ਯਾਰ ਜਿਹੜੇ ਬਣੇ ਨੇ ਸਾਨੂੰ ਕੋਈ ਪਤਾ ਨਹੀਂ ਹੈ ਬਣੇ ਦੇ ਨੇ ਸਾਰੇ ਲੇਕਿਨ ਗਲੀ ਸਾਡੀ ਦਾ ਕੁਛ ਨਹੀਂ ਮਤਲਬ ਕੋਈ ਉਹ ਨਹੀਂ ਹੈ ਸਾਡੀ ਨਾਲੀ ਪਾਣੀ ਕੁੱਧਰ ਜਾਣਾ ਕਿੰਨੇ ਚਿਰ ਹੋਈ ਇਹ ਗਲੀ ਟੁੱਟੇ ਕਿੰਨਾ ਚਿਰ ਹੋਈ ਆ ਇੱਥੇ ਅਸੀਂ ਆਏ ਦੇ ਹੋਈ 35 ਸਾਲ ਹੋਈ ਆਏ ਆਏ ਦੇ ਆ 35 ਸਾਲ ਹੋਈ ਆਏ ਇੱਧਰ ਆਏ ਅਸੀਂ ਇੱਥੇ ਬੋਲ ਰਹੇ ਆ ਨਹੀਂ ਉਹਦੇ ਗਲੀਆਂ ਕੱਚੀਆਂ ਇੰਨੀਆਂ ਗਲੀਆਂ ਦਿਖੀਆਂ ਅਸੀਂ ਨਾ ਤੇ ਨਾਲੀਆਂ ਤੇ ਨਾ ਤੇ ਗਲੀਆਂ ਜਿੰਨੀ ਵੀ ਲੜਾਈ ਦੇਖੀ ਤੇ ਗਲੀ 'ਚ ਨਾਲੀ 'ਚ ਹੋਈ ਜਿੰਨੇ ਪੰਚ ਸਰਪੰਚ ਬਣੇ ਇੱਥੇ ਬਣੇ ਜੋ MLA ਬਣੇ DDC BDC ਜਿਹਨੇ ਬੋਲੇ ਇਸ ਗਲੀ ਵੀ ਛਲੇ ਪਰ ਬਣਾਈ ਕੁਛ ਨਹੀਂ ਹੈ ਹੁਣ ਕੀ ਆਖਣਾ ਚਾਹੁੰਦੇ ਹੋ ਸਰਕਾਰ ਅੱਜ ਆਖਣ ਵੀ ਸਾਡੀ ਗਲੀ ਪੱਕੀ ਬਣੀ ਆ ਨਾਲੀਆਂ ਪੱਕੀ ਬਣੀਆਂ ਸ਼ਾਇਦ ਹਰਿਆਣੇ ਵਾਲੇ ਬੱਚੇ ਵਾਸਤੇ ਵੀ ਸਕੂਲ ਸਕੂਲ ਬੱਚੇ ਵੀ ਅੰਦਰ ਇੱਧਰੋਂ ਨੰਗੀਏ ਪਰ ਬੜੀ ਮੁਸ਼ਕਿਲ ਹੁੰਦੀ ਸਾਨੂੰ ਬਸਾਤਾਂ ਨੇ ਤੇ ਡਿਗਰੀ ਪਾਉਂਦੇ ਲੜਾਈਆਂ ਲੱਗੀ ਰਹਿੰਦੀ 24 ਘੰਟੇ ਜਿਹਦੇ ਬੂਹੇ ਅੱਗੇ ਪਾਣੀ ਆਉਂਦਾ ਉੱਥੇ ਲੜਾਈ ਕੀਤੀ ਜਿਹਦੇ ਬੂਹੇ ਅੱਗੇ ਪਾਣੀ ਆਉਂਦਾ ਉੱਥੇ ਲੜਾਈ ਲੱਗਦੀ ਰਜੀ ਇੰਨਾ ਹੀ ਤੋਂ ਵੀ ਨਹੀਂ ਸਕਦੇ ਆ ਪਾਣੀ ਮੋਟਰ ਲਾ ਦਈਏ ਕਿੱਥੇ ਪਾਣੀ ਜਾਣਾ ਜਿਹੜੇ ਬਗਾਨੇ ਖੇਤ ਜਾਓ ਵੀ ਗੱਲਾਂ ਕਰਦੇ ਫਿਰ ਦੇਖੀ ਤਾਂ ਖਰਾਬ ਹੁੰਦੇ ਗਾਮ ਲਾਲ ਚੱਕ 'ਚ ਮੈਂ ਵਾਰਡ ਨੰਬਰ 2 ਦੀ ਪੈਂਚ ਆ ਮੇਰਾ ਨਾਂ ਸੁਸ਼ਮਾ ਹੈ ਇਹ ਪਬਲਿਕ ਨੇ ਮੀਡੀਆ ਵਾਲੇ ਬੁਲਾਇਆ ਤਾਂ ਉਹਨੇ DDC ਦੇ ਖਿਲਾਫ਼ ਨਾਅਰੇ ਲਗਾਏ ਉਹਨੇ ਆਖਿਆ ਨਾ ਕੋਈ ਨਾਲੀ ਆ ਅਤੇ ਨਾ ਕੋਈ ਗਲੀ ਆ ਅਤੇ ਆਖਿਆ ਤਾਂ ਕਈ ਵਾਰੀ ਅਸੀਂ ਕਈਆਂ ਕੀ ਆਖਿਆ ਪਰ ਕੋਈ ਨਹੀਂ ਮੰਨਿਆ ਕਈ ਵਾਰ ਕਈ ਹਾਰ ਵੀ ਪਾਈਏ ਚਲੀਏ ਡੱਬੇ ਵੀ ਛੋੜੀਏ ਇੱਥੇ ਗਏ ਆਹਦੇ ਤੁਹਾਡੀ ਨਾਲੀ ਨਾਲੀ ਬਣਾ ਕੇ ਗਲੀ ਬਣਾ ਕੇ ਪਰ ਅੱਜ ਤੱਕ ਕੁਛ ਨਾ ਕੰਮ ਨਹੀਂ ਕੀਤਾ ਅਸੀਂ ਇਹ ਆਖਣਾ ਜਿੰਨੇ ਜਲਦੀ ਹੋਵੇ ਅਤੇ ਸਾਡੀ ਗਲੀ ਅਤੇ ਨਾਲੀ ਬਣਾਈ ਜਾਏ ਜਿਹਲੇ ਬਾਰਿਸ਼ ਆਉਂਦੀ ਹੈ ਤਾਂ ਇੰਨਾ ਨਾ ਪਾਣੀ ਹੁੰਦਾ ਅਤੇ ਉਹ ਪਾਣੀ ਦੇ ਵਿੱਚੋਂ ਲੰਘਦੇ ਨੇ ਅਤੇ ਗੰਦਾ ਪਾਣੀ ਹੈ ਲੋਕਾਂ ਦੇ ਘਰਾਂ ਦਾ ਪਾਣੀ ਬਾਹਰ ਨਿਕਲਦਾ ਅਤੇ ਪਾਣੀ ਦਾ ਨਿਕਾਸ ਕੋਈ ਹੈ ਕਿ ਨਹੀਂ ਹੈ ਪਾਣੀਆਂ ਲਈ ਇਹ ਬੜੀ ਵਾਰ ਆਏ ਪਰ ਮੈਂ ਜਾਈ ਅੱਗੇ DDC ਹੋਰਾਂ ਹੀ ਆਖਣੀ ਹੈ BDC ਹੋਰਾਂ ਹੀ ਆਖਣੀ ਹੈ ਸਰਪੰਚ ਹੀ ਆਖਣੀ ਹੈ ਅਤੇ ਕੋਈ ਸੁਣਵਾਈ ਨਹੀਂ ਹੋਈ ਅੱਜ ਤੱਕ ਅਤੇ ਕਿੰਨੇ ਸਾਲ ਹੋਈ ਆ ਲੋਕ ਮੇਰੇ ਘਰ ਆਈਏ ਬੈਠਦੇ ਨਾਰੇ ਮੇਰੇ ਘਰ ਵੀ ਲਾਉਂਦੇ ਆਈਏ ਪਰ ਕੁਛ ਨਾ ਸੁਣਿਆ ਕਿ ਨਹੀਂ ਅੱਜ ਤੱਕ ਮੈਂ ਵਾਰ ਵਾਰ ਆਖਣੀ ਵੀ ਇਸ ਗਲੀ ਗੀ ਤਾਂ ਨਾਲੀ ਗੀ ਅਤੇ ਜਿੰਨੀ ਜਲਦੀ ਉਹ ਬਣਾਇਆ ਜਾਏ ਹੁਣ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਇਹ ਮੰਗ ਕਰਨੇ ਆ ਵੀ ਜਲਦੀ ਜਲਦੀ ਇਹ ਗਲੀ ਬਣਾਈ ਜਾਏ ਨਾਲੀ ਬਣਾਈ ਜਾਏ